वधीक लाहा प्राप्त होवे उतना ही थोड़ा है। मानुख दे हुरिया पहला तां 84 लाख जूनां दे शरीर देख लो, जो सानू शरीर दिता प्रभु ने दान विच दिता, साडा इहदे विच कोई योगदान नहीं है। असीं अपनी मर्जी नाल अपना ना शरीर बनाया, ना धर्म चुनिया, ना धरती चुनी है। ਕਿਹੜੇ ਘਰ ਵਿੱਚ ਕੈਸੇ ਥਾਂ ਦੇ ਉੱਤੇ ਸਾਡਾ ਜਨਮ ਹੋਵੇ, ਕਿਸੇ ਦੀ ਚੋਣ ਨਹੀਂ। ਇਕੱਲੇ ਆਵੇ ਨਾਨਕਾ, ਇਕੱਲੇ ਹੋਏ ਪ੍ਰਭੂ ਦੇ ਆਏ ਹਾਂ। ਸੱਦੇ ਉੱਠੀ ਜਾਹੇ, ਸੱਦਿਆਂ ਉੱਠ ਜਾਵਾਂਗੇ। ਸੋ ਜਿਹੜੀ ਮਾਨਖ ਦੇ ਹੁਰੀਆ ਪ੍ਰਭੂ ਨੇ ਦਿੱਤੀ ਹੈ, ਇਹਨੂੰ ਦੁਰਲੱਭ ਦੇਹੀ ਗੁਰਾਂ ਦੀ ਬਾਣੀ ਨੇ ਆਖਿਆ, ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ ਵਾਰੈ ਵਾਰ। ਕਿਤੇ ਮਹਾਰਾਜ ਨੇ ਕਿਹਾ ਹੋਵੇ ਵੀ ਵਾਰ ਵਾਰ ਮਿਲੇਗਾ ਸਰੀਰ, ਇਹ ਦੁਬਾਰਾ ਨਹੀਂ ਪ੍ਰਾਪਤ ਹੋਵੇਗਾ। ਸੋ ਇਸ ਕਰਕੇ ਵਡਭਾਗੀ ਗੁਰਮੁਖ ਜਨ ਗੁਰਾਂ ਦੇ ਵਚਨਾਂ ਤੇ ਭਰੋਸਾ ਕਰਕੇ ਇਸ ਦੇਹੀ ਦੀ ਸਫਲਤਾ ਕਰਿਆ ਕਰਦੇ ਹਨ। ਇੱਕ ਸਮਾਂ ਗੁਜ਼ਾਰਨਾ ਹੁੰਦਾ, ਇੱਕ ਸਮੇਂ ਨੂੰ ਸਫਲਾ ਕਰਨਾ ਹੁੰਦਾ। ਗੁਜ਼ਰ ਸਭ ਦਾ ਹੀ ਜਾਵੇਗਾ, ਗੁਜ਼ਰ ਸਭ ਦਾ ਹੀ ਜਾਵੇਗਾ, ਕੋਈ ਚਾਹੇ ਤੇ ਚਾਹੇ ਨਾ ਚਾਹੇ। ਸਮੇਂ ਦੀ ਚਾਲ ਨੂੰ ਕੋਈ ਰੋਕ ਨਹੀਂ ਸਕਦਾ, ਗੁਜ਼ਰਨਾ ਸਾਰਿਆਂ ਦਾ ਹੀ ਹੈ, ਪਰ ਸਫਲਾ ਕੋਈ ਵਿਰਲਾ ਵਿਰਲਾ ਵਡਭਾਗੀ ਗੁਰਮੁਖ ਜਨ ਕਰਦਾ। ਭਾਈ ਸਮੇਂ ਦੀ ਸਫਲਤਾ ਕੈਸੇ ਹੁੰਦੀ, ਜਿਵੇਂ ਕਾਗਜ਼ ਦੁਨੀਆਂ 'ਚ ਬਹੁਤ ਹੈ, ਪਰ ਇੱਕ ਕਾਗਜ਼ ਉਹ ਜਿਹਦੇ ਉੱਤੇ ਮੋਹਰ ਲੱਗ ਜਾਏ ਉਹ ਨੋਟ ਬਣ ਜਾਂਦਾ, ਉਹਦੀ ਕਦਰ ਪੈ ਜਾਂਦੀ। ਸੰਸਾਰ ਉਹਦੇ ਮਗਰ ਮਗਰ ਭੱਜਿਆ ਫਿਰਦਾ, ਹੈ ਤਾਂ ਕਾਗਜ਼ ਹੀ ਹੈ, ਰੱਦੀ ਦਾ ਕਾਗਜ਼ ਵੀ ਹੈ। ਸੋ ਐਸੇ ਹੀ ਜਿਹੜੇ ਸਵਾਸ ਸਾਡੇ ਦੁਨਿਆਵੀ ਗੱਲਾਂ ਬਾਤਾਂ ਕਰਦਿਆਂ, ਇੱਧਰ ਉੱਧਰ ਸਮਾਂ ਖਰਾਬ ਹੁੰਦਾ, ਸਫ਼ਰ ਕਰਦਿਆਂ, ਖਾਂਦਿਆਂ, ਪੀਂਦਿਆਂ, ਸੁੱਤਿਆਂ, ਉਹਨੂੰ ਰੱਦੀ ਕਾਗਜ਼ ਦੀ ਨਿਆਈ ਜਾਣੋ। ਔਰ ਜਿਹੜੇ ਸਵਾਸ ਸਤਿਗੁਰੂ ਜੀ ਦੀ ਸੰਗਤ ਵਿੱਚ ਬਾਣੀ ਪੜ੍ਹਦਿਆਂ, ਭਜਨ ਕਰਦਿਆਂ, ਕੀਰਤਨ ਕਰਦਿਆਂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੀਤਦੇ ਭਾਈ, ਸੋ ਉਹ ਉਹਨਾਂ ਸਵਾਸਾਂ ਦੇ ਉੱਤੇ ਇਉਂ ਮੋਹਰ ਲੱਗ ਜਾਂਦੀ ਜਿਵੇਂ ਕਾਗਜ਼ ਉੱਤੇ ਮੋਹਰ ਲੱਗ ਕੇ ਉਹ ਕੀਮਤੀ ਹੋ ਜਾਂਦਾ, 50-100 ਦਾ ਨੋਟ ਬਣ ਜਾਂਦਾ ਕੋਈ। ਸੋ ਜਿਹੜੇ ਸਵਾਸ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਸਹਿਤ ਗੁਜ਼ਰ ਰਹੇ ਆ, ਉਹ ਖਜ਼ਾਨੇ ਵਿੱਚ ਪੈ ਜਾਂਦੇ ਹਨ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੀਨ ਦਿਆਲ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਕਿਰਪਾ ਦੇ ਦਾਤੇ ਪਾਵਨ ਦਰਸ਼ਨ ਪਾਵਨ ਸੰਗਤ ਬਖਸ਼ਿਸ਼ ਕਰ ਰਹੇ ਹਨ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਸ਼ੁਕਰਾਨਾ ਧੰਨਵਾਦ। ਮਹਾਰਾਜ ਜੀ ਅੱਗੇ ਬੇਨਤੀ ਕਰੀਏ, ਗਰੀਬ ਨਵਾਜ, ਜੈਸੇ ਆਪ ਜੀ ਨੇ ਸਾਡੇ ਸਰੀਰਾਂ ਨੂੰ ਬਲ ਦੇ ਕੇ ਆਪਣੇ ਸਨਮੁਖ ਬਿਠਾ ਲਿਆ, ਮਨ ਉੱਤੇ ਵੀ ਆਪਣੀ ਨਜ਼ਰ ਦ੍ਰਿਸ਼ਟੀ ਪਾ ਦਿਓ। ਇਹ ਮਨ ਵੀ ਆਪ ਜੀ ਦੇ ਚਰਨਾਂ ਦਾ ਆਸ਼ਰਿਤ ਹੋ ਕਰ ਸੁਰਤ ਨੂੰ ਸ਼ਬਦ ਦਾ ਚੇਲਾ ਬਣਾ ਕੇ ਵਿਸ਼ਰਾਮ ਵਿੱਚ ਟਿਕ ਜਾਏ, ਐਸੀ ਕਿਰਪਾਲਤਾ ਦਿਆਲਤਾ ਮਹਾਰਾਜ ਸਾਡੇ ਸਾਰਿਆਂ ਦੇ ਉੱਤੇ ਕਰਨ। ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਪੰਚਮ ਪਾਤਸ਼ਾਹ ਬਾਣੀ ਕੇ ਬੋਥੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ।